ਦਾ ਸੀਰੀਜ਼ ਦਾ ਥਰਡ ਮੈਚ ਔਰ ਫਿਰ ਦੁਬਾਰਾ ਮਨਮੀਤ ਜੀ ਅਤੇ ਸੁਮਿਤ ਜੀ ਸੋ ਬੜੀ ਮੁਸ਼ਕਿਲ ਨਾਲ ਚੌਥਾ ਟੌਸ ਜਿੱਤੇ ਨੇ ਕਿਉਂਕਿ ਸੈਕਿੰਡ ਮੈਚ ਵਿੱਚ ਬਾਰਿਸ਼ ਆ ਗਈ ਸੀਗੀ ਅਤੇ ਮੈਚ ਅਤੇ ਅੱਜ ਸੁਮਿਤ ਜੀ ਟੌਸ ਜਿੱਤ ਕੇ ਪਹਿਲੇ ਬੈਟਿੰਗ ਕਰਨਗੇ ਓਪਨਿੰਗ ਤੇ ਮਯੰਕ ਜੀ ਅਤੇ ਨਾਲ ਆਰ ਐਸ ਪ੍ਰਿੰਸ ਜੀ ਅੱਜ ਸੁਮਿਤ ਜੀ ਟੌਸ ਜਿੱਤ ਗਏ ਨੇ ਔਰ ਬੈਟਿੰਗ ਲਈ ਹੈ ਹੈਪੀ ਬਰਥਡੇ ਹੈਪੀ ਬਰਥਡੇ ਕਮ ਔਨ ਮੈਚ ਦੀ ਫਸਟ ਬੋਲ ਅੱਛਾ ਜੋਰ ਕਰ ਬੋਲ ਅਭਿਸ਼ੇਕ ਜੀ ਦਾ ਓਵਰ ਕੀਪਿੰਗ ਤੇ ਧੁੰਨਾ ਜੀ ਥਰਡ ਮੈਨ ਤੇ ਖੜੇ ਨੇ ਗਾਂਧੀ ਜੀ ਪਿੱਛੇ ਦੀਪ ਰੂਪ ਰਾਜਾ ਜੀ ਖੜੇ ਨੇ ਪਾਵੇ ਜੀ ਸੋਨੀ ਜੀ ਸੋਰੀ ਮਿਡ ਆਫ ਤੇ ਸੋਨੀ ਜੀ ਬੋਲਿੰਗ 'ਤੇ ਆਏ ਨੇ ਲਾਡੀ ਭਾਅ ਜੀ ਸਾਹਮਣੇ ਮਿਡ ਆਨ 'ਤੇ ਅਭਿਸ਼ੇਕ ਜੀ ਮਿਡ ਵਿਕਟ 'ਤੇ ਰੋਹਿਤ ਜੀ ਜੀ ਲਗਨ ਭਾਅ ਜੀ ਐਂਡ ਮਨ ਬਿਊਟੀਫੁਲ ਸ਼ੋਟ ਐਂਡ ਫੋਰ ਸਾਰੇ ਅੱਗੇ ਪਲੇਅਰਸ ਨੂੰ ਫਾਈਨ ਪਾਉਂਦੇ ਨੇ ਅੱਜ ਵਿਸ਼ਾਲ ਜੀ ਆਏ ਨੇ ਲੇਟ ਵਿਸ਼ਾਲ ਜੀ ਇੱਧਰ ਮੁੱਕ ਰਿਹਾ ਵਿਸ਼ਾਲ ਜੀ ਨੇ ਸਮਝਿਆ ਕਿ ਮੀਂਹ ਰਾਤੀ ਪੈ ਗਿਆ ਬਾਰਿਸ਼ ਹੋ ਗਈ ਆ ਅਤੇ ਮੈਚ ਨਹੀਂ ਹੋਣਾ ਇਹਨਾਂ ਨੇ ਸਭ ਤੋਂ ਪਹਿਲੇ ਗਰੁੱਪ 'ਚ ਪਾਇਆ ਕਿ ਮੈਚ ਕੈਂਸਲ ਹੈ ਆਪਣੀ ਜਗ੍ਹਾ ਠੀਕ ਨੇ ਲੇਕਿਨ ਘਰੋਂ ਲਿਆਂਦਾ ਕਿ ਇਹ ਜਿਹੜੀ ਗੱਲ ਨਾ ਇਹ ਵੱਡੀ ਹੋ ਗਈ ਸੋਨੂੰ ਜੀ ਘਰ ਜਾ ਕੇ ਲੈ ਕੇ ਆਇਆ ਕਾਫੀ ਐਂਗਲ ਸੀ ਵਾਈਡ ਬੋਲ ਹੈ ਲੇਕਿਨ ਨਾਲ ਐਕਸਟਰਾ ਰਨ ਵੀ ਆਇਆ ਲਾਡੀ ਭਾਅ ਜੀ ਦੂਸਰਾ ਓਵਰ ਲੈ ਕੇ ਆਏ ਨੇ ਨੋ
ਜਿਸ ਤਰ੍ਹਾਂ ਕਿ ਕੱਲ੍ਹ ਸ਼ਾਮ ਬਹੁਤ ਬਰਸਾਤ ਇੱਥੇ ਹੋਈ ਹੈ, ਆਪਣਾ ਰਨ ਅਪ ਵੀ ਛੋਟਾ ਕਰਦਿਆਂ ਹੋਇਆ ਸਾਡੀ ਜੀ, ਕਿਉਂਕਿ ਦੋਹਰੀ ਪੈਰ ਫਿਸਲਿਆ ਉਹਨਾਂ ਦਾ। ਬਿਊਟੀਫੁਲ ਸ਼ੋਟ, ਅੱਛਾ ਸ਼ੋਟ ਐਂਡ ਫੀਲਡਿੰਗ ਤੇ ਅਰੁਣ ਜੀ। ਜੀ ਉੱਤੋਂ ਦੀ ਸੋਨੀ ਜੀ ਦੀ 4 ਰਨ, ਸੋਨੂੰ ਧੁਰਨਾ ਜੀ ਨੇ ਬੜਾ ਅੱਛਾ ਕੈਚ ਲਿਆ ਔਰ ਬੜੀ ਵੱਡੀ ਵਿਕਟ ਗਿਣੀ ਜਾ ਸਕਦੀ ਹੈ ਮਿਹਨਤ ਜੀ ਦੀ। ਜਦੋਂ ਫਲੋ ਵਿੱਚ ਆ ਜਾਂਦੇ ਮਿਹਨਤ ਜੀ ਨੂੰ ਕੋਈ ਰੋਕ ਨਹੀਂ ਸਕਦਾ, ਐਵੇਂ ਨਹੀਂ ਉਹਨਾਂ ਨੂੰ ABD ਕਹਿੰਦੇ। ਕੇਸਰ ਜੀ ਬੈਟਿੰਗ 'ਤੇ ਆਏ ਨੇ, ਲੈਫਟੀ ਨੇ ਆਊਟ। ਉੱਧਰੋਂ ਦੀ ਉੱਧਰ, ਉੱਧਰ ਦੀ ਉੱਧਰ, ਉਹਨਾਂ ਦੇ ਪੱਥਰ
ਰਾਈਟ ਹੈਂਡ ਓਵਰ ਦਾ ਸਪਿਨ ਜੀ ਅਜੀ ਗਾਰਡ ਪਾ ਕੇ ਬੋਲਿੰਗ ਕਰ ਜੀ ਸੇਵਾ ਕਰ ਰਹੇ ਨੇ ਪਾਣੀ ਦੀ ਵਿਸ਼ਾਲ ਜੀ ਜਿੱਥੇ ਅੰਪਾਇਰਿੰਗ ਕਰਦੇ ਨੇ ਬਹੁਤ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਹੀ ਇਹ ਸੇਵਾ ਕਰਾਂ ਸੋ ਥੈਂਕ ਯੂ ਐਪਰੀਸ਼ੀਏਟ ਵਿਸ਼ਾਲ ਜੀ ਚਾਰ ਰਨ ਹੋ ਗਏ ਚਾਰ
White and two score extra. Boys. जगतार जी मिडोन ते पचनी आया चीनी रुकनी चाहिए नहीं लेकिन भाई कैच छुट्टिया बंटी जी को लेकिन और नहीं इतनी और
भाई फिल्टर किधर है? चार मयंक जी
ਮਿਡ ਆਨ ਇਨ ਦਾ ਸਰਕਲ ਐਂਡ ਲੰਗ ਆਫ ਰੋਹਿਤ ਜੀ ਹਿਟਸ ਬਾਉਂਡਰੀ ਆਫ ਦਾ ਲਾਸਟ ਬਾਲ ਪ੍ਰੀਵੀਅਸ ਬਿਲਾ ਜੀ ਓਵਰ ਲੈਟਸ ਸੀ ਮਾਇੰਗ ਜੀ ਵਿਲ ਕੰਟੀਨਿਊ striker bowler Pradeep ji will ball from other end oh ਅੱਛਾ ਤਾਂ ਕਹਿਣ ਦੀ
ਮੈਂ ਬਿਨਾ ਵੇਖੇ ਭੱਜ ਗਿਆ ਵੀ ਭੱਜ ਗਿਆ ਡਬਲ ਕੱਢ ਹੀ ਆਪਾਂ Thank you.